Chi è l'amico mio padre? Chi ha le mani, amico? Ma la figliosa! E che? Che te ci vede? Non vorrà tanto stare tutto qua in ghiera la nostra nostra? O poi abbia che ti c'ha di te? Ma che ti da chiare? Chiara che altro do? Malo al miangolo! Me non c'è più e mi ricorda che altro! Ma che abbia le parti a buonare a dieta quello? Non ci mi lega? Un tante gentile da me, muo così tanto, mi lega solo questa parte là, mi lega solo questa parte là. E la fai, carmi carna, e non caro a te stai. E di ma, facciamo anche un niente di te. ਚਲੋ ਉਹਨੂੰ ਤੇ ਖਰਚਾ ਮੈਂ ਦੇਣਾ ਮਾਂ ਨੂੰ ਇੰਜ ਤੇ ਤੇਰੀ ਮਾਂ ਨੂੰ ਹਰੇ ਖਰਚਾ ਕੌਣ ਕੌਣ ਦਿੰਦਾ ਹੋਰ ਰੱਬ ਮਿਹਰਬਾਨੀ ਨਾਲ ਮਿਆਣੀ ਸਾਹਿਬ ਕਹੀ ਇਹ ਫਰਿਸ਼ਤੇ ਪੁਜਾ ਜਾਂਦੇ ਨੇ ਤੁਸੀਂ ਚਲੋ ਉੱਥੇ ਕਿਹੜੇ ਮੁਰਦੇ ਦੇਖ ਰਹੇ ਆਪ ਤੇਰਾ ਪਿਓ ਵੀ ਉੱਥੇ ਦਫਨ ਚਲੋ ਮਾਂ ਨੇ ਉਹਨੂੰ ਪੁੱਛ ਕੇ ਵੇਖ ਕਿੱਡਾ ਖਰਾਂ ਠੀ ਉਹਦੇ ਅੰਦਰੋਂ ਅੰਦਰ ਹੀ ਰੁਕੇ ਬਾਜ਼ੀ ਡੱਬੀ ਬੜਾ ਬਾਟਾ ਬਣਦਾ ਜ਼ਾਹਿਰ ਹੈ ਕਸ਼ਮੀਰੀ ਹੈ ਉਹਨੇ ਕੋਈ ਨਾ ਕੋਈ ਤੇ ਕਰਨਾ ਹੈ ਵੈਸੇ ਤੁਸੀਂ ਇਸ ਬੱਚੇ ਨੂੰ ਪਛਾਣਿਆ ਨਹੀਂ ਨਹੀਂ ਜੀ ਅੱਲਾ ਨਾ ਕਰੇ ਇਹ ਖੁਸ਼ਾਦੀ ਪੌਂਡਾ ਵਾਲੀ ਦਾ ਪੁੱਤਰ ਸੁਭਾਨ ਅੱਲਾ ਜਿਹੜੀ ਸੁਣਿਆ ਪੌਂਡਾ ਦਾ ਕਹਿ ਕੇ ਡਾਲਰ ਦੇ ਦਿੰਦੀ ਸੀ ਤੈਨੂੰ ਪਰਵਾਹ ਮਿਲੇਗਾ ਜ਼ਰੂਰ ਮਿਲੇਗਾ ਔਰ ਜਦੋਂ ਕੋਈ ਅਕਲ ਦਾ ਅੰਨਾ ਤੇ ਜੇ ਦਾ ਕਿ ਲੱਭ ਦੂਸਰਾ ਇਹਨਾਂ ਨੂੰ ਮਿਲੇਗਾ ਤੇਰਾ ਇਹਨਾਂ ਦੀ ਪੁਜਾਰ ਮੰਗਣ ਵਾਲੀ ਖੁਸ਼ੀ ਕੀ ਖਰੀਦੇਗਾ ਖਾਨ ਸਾਹਿਬ ਨਾ ਕਿਆ ਸ਼ੀਤਾਂ ਬੰਦੀਏ ਮੇਰੇ ਕੋਲ ਇੰਨਾ ਕੋਈਲਾ ਮੈਂ ਚਲਾ ਦਿਆਂਗਾ ਤੇਰੇ ਉੱਤੇ ਫਿਰ ਝੂਠੜੀ ਕਬਰ ਵਰਗੀ ਹੋ ਜਾਏਗੀ ਖਾਨ ਸਾਹਿਬ ਠੀਕ ਕਹਿੰਦੇ ਨੇ ਉਹਨਾਂ ਕੋਲ ਇੰਨਾ ਇਲਮ ਹੈ ਅੱਛਾ ਉਸੇ ਇਲਮ ਦੀ ਵਜ੍ਹਾ ਨਾਲ ਤੇ ਤੂੰ ਫਸੀ ਹੈ ਮੈਂ ਤੇ ਮੰਗਣੀ ਤੇ ਮੇਰੇ ਨਾਲ ਹੋਈ ਸੀ ਲੈ ਮਾਰੇ ਤੂੰ ਮੈਂ ਤੇਰੀ ਮੰਗਣੀ ਤੇ ਚੁੱਲ੍ਹੇ 'ਚ ਪਵੇ ਤੇਰਾ ਇਲਮ ਤੇ ਕਬਰ 'ਚ ਪਵੇ ਤੇਰੀ ਮੁਸੀਕੀ ਨਾ ਮੁਰਾਦਾ ਅਜੀਬ ਪੁਜਾਰ ਮੰਗਣ ਵਾਲੀ ਮੁਸੀਕੀ ਵਜਾ ਬਣਾ ਕੇ ਘਰ ਦਾ ਕੀ ਹਾਲ ਕਰ ਸਕਦੇ ਆ ਤੇ ਜੇ ਮੈਨੂੰ ਬੱਚਿਆਂ ਦਾ ਖਿਆਲ ਨਾ ਹੋਵੇ ਤੇ ਫਿਰ ਮੈਨੂੰ ਹੋਵੇ ਮੰਗਣੀ ਮੇਰੇ ਨਾਲ ਹੋਈ ਸੀਗਾ ਨਹੀਂ
ਹਾਏ ਚਾਚਾ ਨਾ ਕਰ,
ਕਿੱਥੇ ਟੁਰ ਗਈ ਏ ਪੁੱਤਰ? ਮਾਵਾਂ ਅੱਜ ਕੱਲ ਦੱਸ ਕੇ ਜਾਂਦੀਆਂ ਨੇ, ਨਾਲੇ ਉਹਨੇ ਪਹਿਲੇ ਦਿਨ ਦੱਸਿਆ, ਮੁੜ ਕੇ ਉਹਨੇ ਜ਼ਰੂਰਤ ਹੀ ਨਹੀਂ ਮਹਿਸੂਸ ਕੀਤੀ। ਤੇਰੀ ਮਾਂ ਨੇ ਝੂਲੇ ਲੈ ਲੈ ਕੇ ਮੈਨੂੰ ਸਮਝਾ। ਸੁਭਾਨ ਅੱਲਾ, ਤੁਹਾਡੇ ਸਦਕੇ ਜਾਵਾਂ ਖਾਨ ਸਾਹਿਬ, ਕਿੱਥੇ ਪੀਂਗ ਪਵਾਈ ਜੇ। ਮੈਂ ਪੁੱਤਰ ਉਹਦੇ ਬਾਰੇ ਕੀ ਗੱਲ ਕਰਨੀ, ਉਹਦੇ ਬਾਰੇ ਤਾਂ ਗੱਲ ਕਰਨ ਲਈ ਦੋ ਜ਼ਿਲ੍ਹਿਆਂ ਦੀ ਇਮਦਾਦ ਚਾਹੀਦੀ। ਦੇਖਿਆ ਨੀ ਚਾਲੀ ਸ਼ਹਿਜ਼ਾਦੀ ਅੰਦਰ ਜਾ ਕੇ ਨਾਸ਼ਤਾ ਹੀ ਕਰੀਏ। ਚੱਲ ਮੈਂ ਕਿ ਆਪਾਂ ਅੱਜ ਫਟਾਫਟ ਨਾਸ਼ਤਾ ਹੀ ਕਰ ਲਈਏ, ਇੰਜ ਨਾ ਫਿਰ ਨਾਸ਼ਤੇ 'ਚ ਕੋਈ ਕੁੱਤਾ ਬਿੱਲਾ ਮੂੰਹ ਹੀ ਮਾਰ ਜਾਵੇ। ਵੈਸੇ ਕੁੜੀ ਆ ਬੜੀ ਸਿਆਣੀ, ਕੀ ਹੋਇਆ ਅੱਜ ਫਿਰ ਮੈਨੂੰ ਬਿੱਲਾ ਹੀ ਆ ਗਈ? ਕਾਹਦੀ ਖਾਸਾ ਵੀ ਚੜੀ ਹੈ? ਚਲੋ ਜੀ ਖੈਰ, ਬਿਸਮਿਲ੍ਲਾ। ਪਰਸੋਂ ਵਾਲਾ ਮਿਊਜ਼ਿਕ ਤੇਰੀ ਭੈਣ ਨਾਲ ਮੰਗੇ ਆ।
ਵੀ 70 ਰੁਪਈਆ ਦਾ ਕੰਮ ਸਿੱਧਾ ਕੀਤਾ। ਕੋਈ ਫਰਮਰ ਲੀਨ ਦੇ ਟੋਟੇ ਲੈ ਬਈ, ਕੈਰੋ ਲੀਨ ਦੇ ਟੋਟੇ ਲੈ, ਚਪਲ ਕਦੀ ਦੇ ਟੋਟੇ ਲੈ ਬਈ, ਕੈਰੋ ਲੀਨ ਦੇ ਟੋਟੇ ਲੈ। ਜਾ ਮਹਾਰਾਜ ਬਸੀਠਾ ਕੂੜਾ ਤਾਇਆ ਖਾਨ ਸਾਹਿਬ ਪਛਾਣਿਆ ਜੇ? ਹੈਂ, ਆ ਜਿਹੜਾ ਚਾਚਾ ਕ੍ਰਿਕਟ ਨਹੀਂ ਉਹਦਾ ਪਲੇਠੀ ਦਾ ਬੱਚਾ ਜਿਵੇਂ। ਕ੍ਰਿਕਟ ਬਾਰੇ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ, ਅਖਬਾਰਾਂ 'ਚ ਰੋਜ਼ ਆਉਂਦੇ, ਜਦੋਂ ਪੂਰੀ ਟੀਮ ਆਵੇ ਪੁਲਿਸ ਮੁਕਾਬਲੇ 'ਚ ਮਾਰ ਦੇ। ਵੈਸੇ ਮੈਂ ਇੰਡੀਅਨ ਮੁਤਮਿਨ ਹਰਵਈਏ ਨਹੀਂ ਵੇਖੇ, ਇੱਕ ਆਊਟ ਹੋਇਆ ਨਾ। ਹਾਂਜੀ ਠੀਕ ਹੋ ਗਿਆ, ਮੈਂ ਆਪ ਕਹਿੰਦੇ ਹਾਂ ਕਰੋ ਜੀ ਆਊਟ, ਐਸੇ ਫੜ ਮੇਰੇ ਜਾ ਕੋਈ ਬੜੇ ਬਿਹਤਰੀਨ ਬੇਗਰ। ਆਹਾ, ਵੈਸੇ ਚਾਚਾ ਇੱਕ ਕੰਮ ਤੇ ਮੇਰਾ ਕਰ ਦਿਓ, ਪਿਛਲੀਆਂ ਕੰਧਾਂ ਤੇ ਉੱਚੀਆਂ ਕਰਾ ਦਿਓ, ਬੰਦਾ ਗੁਸਲਖਾਨੇ 'ਚ ਬੈਠਾ ਹੁੰਦਾ ਕਬੂਤਰ ਝਾਤੀਆਂ ਪਾਉਂਦੇ। ਵਾਹ ਤੇਰੇ ਸਦਕੇ ਜਾਵਾਂ, ਮੇਰਾ ਨਾਂ ਕਬੂਤਰ ਰੱਖ ਲਏ। ਉਹ ਮੈਂ ਜਨਾਬ ਦਾ ਪਿੰਡਾ ਵੇਖ ਰਿਹਾ ਸਾਂ। ਵਾਹ, ਕੱਚੀ ਕਬਰ ਦੇ ਮੂੰਹ ਵਾਲਿਆ, ਜਾ ਤੇਰੇ ਕੋਲ ਮੋਟੇ ਸ਼ੀਸ਼ਿਆਂ ਦੀ ਐਨਕ ਲੱਗੇ ਮਰੇ। ਯਾ ਅੱਲਾ, ਕੋਈ ਇਹੋ ਜਿਹੀ ਐਨਕ ਲੱਗ ਜਾਵੇ ਮੈਂ ਤੁਹਾਡੀਆਂ ਮਕਰੂ ਸੂਰਤਾਂ ਗੌਰ ਨਾ ਦੇਖ ਸਕਾਂ। ਉਹ ਸਮੀਰ ਫਰੋਸ਼ ਹੋ? ਹਾਂਜੀ ਸਰ, ਫਰੋਸ਼ ਹੋ। ਤਮੀਜ਼ ਨਾਲ ਗੱਲ ਕਰਿਆ ਕਰੋ ਮੇਰੇ ਨਾਲ, ਮੈਂ ਤੁਹਾਨੂੰ ਦੱਸਦੀ ਹਾਂ ਸ਼ੇਖਾਂ ਦਾ ਬਦਤਮੀਜ਼ੀ ਕਰਦਾ। ਸ਼ੇਖਾਂ ਨੇ ਤੂੰ ਕੀ ਇਸਲਾਮੀਆ ਚ ਐਵੇਂ ਕੀਤਾ ਮੇਰੇ ਨਾਲ? ਹੀ ਆਡਾ ਮਾਰੀ ਤੂੰ, ਤੇਰੇ ਨਾਲ ਆਡਾ ਤੂੰ ਯਾਦਗਾਰ ਤੋਂ ਛਾਲ ਮਾਰੀ। ਜਾਏ ਮੈਂ ਜੇ ਕੰਮ ਤੇ ਨਾ ਜਾਣਾ ਹੁੰਦਾ ਮੈਂ ਤੈਨੂੰ ਦੱਸਦਾ। ਚੱਲ ਕੰਮ ਕਰ, ਮੈਂ ਤੇ ਤੈਨੂੰ ਗਾਇਕ ਸ਼ੋਅ ਦੀ ਮਸ਼ਹੂਰੀ ਚ ਵੇਖਿਆ। ਉਹ ਕਾਦੇ ਲਈ? ਹਾਏ ਹਾਏ, ਕੀ ਲੱਤ ਨਾਲ ਤੋਪ ਚਲਾਈਏ ਇਸ ਬੱਚੇ ਨੂੰ? ਮਾਮੂਲੀ ਬੰਦਾ ਨਾ ਸਮਝੀ। ਹਾਏ ਦੱਸੋ ਇਹ ਪੱਤੋ ਕੀ ਦੇ ਕੰਜਰ ਨੇ? ਵਾਦੀ ਵਾ ਸੁਭਾਨ ਅੱਲਾ, ਤਿੰਨ ਬੋਰੀਆਂ ਦਾਣੇ ਬਹੁਤ ਅੱਛੀ ਕਾਰ ਹੋਵੇ, ਨਗਦ ਪੈਸੇ ਨੂੰ ਤਰਸਣ ਵਾਲਿਓ। ਕੋਈ ਫਰ ਫਰ ਲੀਨ ਦੇ ਟੋਟੇ ਲਾ ਪਈ, ਕਾਰ ਲੀਨ ਦੇ ਟੋਟੇ ਲਾ। ਚਾਚਾ ਇੱਕ ਸ਼ਰਤ ਨਾਲ ਬਾਹਰ ਜਾਣਾ। ਕੀ ਜਨਾਬ? ਇਹ ਮੇਰੇ ਕੱਪੜੇ ਦਾ ਮੁੱਲ ਪਾ ਦਿਓ ਤਾਂ ਕਿ ਮੈਂ ਬਾਹਰ ਕਸਮ ਖਾਣ ਜੋਗਾ ਹੋਵਾਂ ਕਿ 30 ਰੁਪਏ ਗਜ਼ ਤੇ ਮੈਨੂੰ ਕੁਰੇਸ਼ੀ ਸਾਹਿਬ ਦੇਂਦੇ ਸਨ। ਮਰਾਸੀ ਫੌਜ ਚ ਹੁੰਦਾ ਫੌਜ ਚ ਬੈਂਡ ਤੇਰੀ ਮਾਮ ਜਾਂਦੀ ਹੈ। ਕੀ ਗੱਲ ਬੇਟਾ, ਕੋਕਾ ਖਾ ਗਿਆ ਸੀ? ਪਰ ਬਰਲੀਨ ਦੇ ਟੋਟੇ ਲੈ ਬਈ, ਕੈਰ ਬਰਲੀਨ ਦੇ ਟੋਟੇ ਲੈ, ਮੂਨ ਲੈਟ ਦੇ ਟੋਟੇ ਲੈ ਬਈ, ਮੂਨ ਲੈਟ ਦੇ ਟੋਟੇ। ਓਏ ਆਖਰੀ ਟੋਟਾ ਚਾਰਜ ਦਾ ਦੇ ਜਾ। ਵਾਹ ਜੀ ਵਾਹ, ਮੂਨ ਲੈਟ ਦੇ ਟੋਟੇ ਲੈ। ਛੋਟੇ ਮੋਦੀ ਫਿਲਮ ਦਾ ਅੱਧਾ ਘੰਟਾ ਫਿਲਮ ਚੱਲੀ, 3 ਘੰਟੇ ਕੁਰਸੀਆਂ ਚੱਲੀਆਂ। ਉਹਨੇ ਇੱਕ ਪਾਰਟੀ ਫਸਾਈ ਹੈ ਅਮਰੀਕਾ ਚ। ਅੱਛਾ ਜੀ, ਤੇਰੇ ਤਾਵਨ ਤੇ ਲਾਨਤ ਕੀ ਨਿਊਯਾਰਕ ਤੇ ਪੱਤੋ ਕੀ ਇਕੱਠੇ ਕੀਤੇ ਨੇ? ਕਿੱਥੇ ਸੂਫੀਆ ਲੋਰੀਨ, ਕਿੱਥੇ ਜ਼ਾਹਿਰ ਸ਼ਾਹ, ਗੁਸਤਾਖ ਮਰਾਸੀ ਕਿੱਥੇ ਜਾ ਵੜਿਆ? ਉੱਥੇ ਗਾਣਾ ਬਣਾਉਣਾ ਕਿਉਂਕਿ ਹੀਰੋ ਜਿਹੜਾ, ਹਾਂਜੀ, ਉਹਨੇ ਹੀਰੋ ਨੂੰ ਟਾਈਮ ਦਿੱਤਾ ਬਾਗ ਚ ਆਉਣ ਦਾ। ਕੀ ਜ਼ੇਨ ਚ ਆਇਆ ਤੁਹਾਡੇ? ਆ ਵੇਖੋ, ਹਾਂਜੀ, ਜਾਸੀ ਨੇ ਬੈਂਕ ਬਣਾਇਆ, ਜਾਸੀ ਨੇ ਬੈਂਕ ਬਣਾਇਆ। ਇਹ ਜਦੋਂ ਯਾਸੀਨ ਨੂੰ ਪਤਾ ਲੱਗ ਗਿਆ ਨਾ, ਉਹਨੇ ਤੇਰਾ ਲੱਕ ਨੰਗਾ ਕਰਕੇ ਉਹੋ ਹੀ ਬੈਂਤ ਫੜ ਲੈਣਾ, ਔਰ ਜਿਹੜੀ ਕਢਾਈ ਕਰਨੀ ਤੇਰੇ ਕੋਲ ਸਾਂਭੀ ਨਹੀਂ ਜਾਣੀ।
ਜਾਂ ਸੀਨੇ ਐ ਦੇਖ ਦੇਮ ਤਾਂ ਨਾ ਦੇ ਰੇ ਨਾ ਦੇ ਦਾਦਾ ਦੀ ਦੇਮ ਤਾਂ ਨਾ ਦੇ ਰੇ ਨਾ ਦੇ ਦਾਦਾ ਬਣਾ ਦਿੰਦੇ ਮੈਂ ਕਿਹਾ ਇੱਕ ਸਿਗਰਟ ਤਾਂ ਦਿਓ ਤੂੰ ਘਰੋਂ ਉਂਗਲਾ ਹੀ ਲੈ ਕੇ ਆਉਂਦਾ ਤੁਸੀਂ ਲੈ ਲਓ ਸਿਗਰਟ ਮੰਗਿਆ ਮੈਂ ਕੋਈ ਮਕਾਨ ਦਾ ਦਿੱਤੇ ਨਹੀਂ ਮੰਗ ਲਏ ਉਹ ਕੁੜੀਆ ਰਾਣੋ ਓ ਮਾਈ ਗੋਡ ਕੀ ਗੱਲ ਹੈ ਭਾਜੀ ਚੰਗੀ ਭਲੀ ਮੈਂ ਬਾਤ ਨਾ ਰਹੀ ਸਾਂ ਬੇਟਾ ਘਰ ਬੂਏ ਦਾ ਖਿਆਲ ਰੱਖ ਅਸੀਂ ਚੱਲੇ ਆ ਆ ਘਰ ਬੂਏ ਦਾ ਖਿਆਲ ਰੱਖ ਫਾਕੇ ਖਿਲਰੇ ਨੇ ਕੋ ਚੁੱਕੇ ਨਾ ਲੈ ਜਾ ਲੇਕਿਨ ਅੱਬਾ ਜੀ ਸਵੇਰੇ ਸਵੇਰੇ ਕਿੱਥੇ ਚਲੇ ਹੋ ਨਾਸ਼ਤਾ ਤੇ ਕਰਦੇ ਜਾਓ ਅਸੀਂ ਜਿੱਥੇ ਚੱਲੇ ਹਾਂ ਉਹਨਾਂ ਨੂੰ ਜਾ ਕੇ ਖਾਵਾਂਗੇ ਮੈਂ ਆਪਣੇ ਨਾਂ ਦੀ ਵੀ ਲਾਜ ਰੱਖਣੀ ਸੁਭਾਨ ਅੱਲਾ ਜੀ ਕੀ ਬਾਤ ਹੈ ਸਾਨੂੰ ਰਾਣੀ ਫਕੀਰ ਹੁਸੈਨ ਬੜੇ ਲਾਜਵਾਬ ਲੋਕ ਗੁਜ਼ਰੇ ਨੇ ਉਹਨਾਂ ਨੇ ਤੁਹਾਡਾ ਨਾਂ ਸੋਚ ਸਮਝ ਕੇ ਰੱਖਿਆ ਸੀ ਫਕੀਰ ਹੁਸੈਨ ਮੈਂ ਪੁੱਛਿਆ ਸੀ ਹਾਂਜੀ ਮੈਂ ਕਿਹਾ ਬਾਲ ਹੁਸੈਨ ਜੀ ਤੇਰਾ ਨਾਮ ਫਕੀਰ ਤੋਂ ਰੱਖ ਛੱਡਿਆ ਫਿਰ ਦੇਸ਼ ਲੋਕ ਆ ਸਾਨੂੰ ਪਤਾ ਕਿ ਵੱਡਾ ਹੋ ਕੇ ਬੱਚਾ ਮੰਗੇਗਾ ਸੁਭਾਨ ਅੱਲਾ ਜੀ ਚੁੱਪ ਹੋ ਖਾਨ ਸਾਹਿਬ ਅੱਛਾ ਬੱਚਿਆ ਜੀ ਖਾਰ ਹੋਵੇ ਆ ਜਾਣਾ ਛੇਤੀ ਲੈ ਪੁੱਤਰ ਸਾਨੂੰ ਅਸੀਂ ਅੱਜ ਕਹਿੰਦੇ ਅੱਜ ਨਾ ਆਏ ਆ ਬਾ ਗਿਆ ਮਾਸ਼ਾ ਅੱਲਾ ਧੀ ਮੇਰੀ ਘਰ 'ਚ ਕੱਪੜੇ ਕੋਈ ਨਹੀਂ ਪਾਉਣ ਨੂੰ ਤੇ ਕੁਝ ਕਿਹੜਾ ਕਿਹੜਾ ਸੂਟ ਪਾ ਲਿਆ ਮੰਕੇ ਪਾਇਆ ਮੰਕੇ ਫਿਰ ਸਾਡੀ ਧੀ ਹੈ ਕੋਈ ਅਸਰ ਆਹ ਮੇਰੀਆਂ ਧੀਆਂ ਏ
ਆਰਾਮ ਰਾਤੇ ਇੰਨੇ ਬਾਲ ਜੰਮ ਲੈਂਦੀ ਪਹਿਲੇ ਵੱਡੀ ਤੇ ਹੋ ਲੈਂਦੀ ਤੂੰ ਸਕੂਲੋਂ ਦੌੜ ਕੇ ਵਿਆਹ ਕਰਾਇਆ ਬਦਤਮੀਜੀ ਕਰਨ ਡਈ ਹੈ ਬਦਤਮੀਜੀ ਆ ਵੇਖ ਤੇਰੇ ਨਾਲ ਲਿਖੀ ਹੈ ਫਿਰ ਸਮਝਦਾਰੀ ਨਾ ਬੈਠੀ ਰੌਣਕ ਮੇਲਾ ਲਾ ਦੇ ਰਹੇ ਪਾ ਇੱਕ ਰੁਪਈਆ ਦੇ ਦੇ ਠੀਕ ਆ
ਰੁਪਈਆ ਬਰਾਬਰ ਹੋ ਗਿਆ ਚਲੋ ਰੋ ਰਾਮ ਰਾਤੋ ਮੈਨੂੰ ਨਹੀਂ ਪਤਾ ਰੁਪਈਆ ਕਿਵੇਂ ਲਈਦਾ ਤੂੰ ਏਡਾ ਗੱਲ ਬਣ ਰਹੀ ਹੈ ਤੂੰ ਵੀ ਤੇ ਰੁਪਈਆ ਨਹੀਂ ਲੈਣਾ ਕਿਧਰੇ ਹੈ ਤੇਰੀ ਹੁਣ ਉਮਰ ਇਹੋ ਜਿਹੀ ਹੋ ਗਈ ਹੈ ਤੈਨੂੰ ਖਾਸ ਦਾ ਕੀ ਪਤਾ ਕਿਹੋ ਜਿਹਾ ਹੁੰਦਾ ਹੈ ਗੱਲਾਂ ਨੀ ਕਰਨੀਆਂ ਬਹੁਤੀਆਂ ਥੋੜੀਆਂ ਕਰਾਂ ਥੋੜੀ ਗੱਲ ਕੀਤੀ ਸਮਝ ਲੱਗੀ ਹੋ ਮੈਂ ਗੱਲ ਕਦੀ ਹੋ ਤੇਰੀ ਅੰਦਰ ਹੋ ਜਾ ਜੁੱਤੀਆਂ ਨਾ ਕਾਲੀ ਮੇਰੇ ਕੋਲੋਂ ਮੈਂ ਗੱਲ ਕਰ ਮੈਂ ਉਸਤਾਦ ਜੀ ਸੇ ਕਰ ਨਹੀਂਗਾ ਤੂੰ ਮੈਨੂੰ ਦੇ ਦਾ ਮੈਂ ਆਵੇਂ ਨਾ ਤੁਹਾਨੂੰ ਦੇ ਦੇ ਉਹ ਗੱਲ ਨਹੀਂ ਤੈਨੂੰ ਦੇ ਦਿਆਂ ਤੂੰ ਵਾਪਸੀ ਵੀ ਆਂਦੀ ਹੈ ਅੱਧਾ ਖਾ ਜਾ ਮੇਰੇ ਵਿੱਚੋਂ ਹਾਂ ਹਰ ਤੁਹਾਨੂੰ ਸਵਾਦ ਦੇਣਾ ਹੈ ਤੇ ਕਿਆ ਮਨ ਬਖਾ ਨਹੀਂ ਪੇ ਪੇ ਮੈਨੂੰ ਕਿਹਾ ਹੀ ਸ਼ਹਿਰ ਵਿੱਚ ਦਬਾਰ ਨਹੀਂ ਕਰੀ ਦਾ ਬਸ ਅੱਛਾ ਮੈਂ ਕੋਈ ਸਮਾਨ ਨੂੰ ਹੱਥ ਨਹੀਂ ਲਾਣ ਦੇਣਾ ਤੇ ਮੇਰੀ ਬਾਬਾ ਨੇ ਮੈਨੂੰ ਕਿਹਾ ਸੀ ਕਿਹਾ ਪਿੰਡ ਨੂੰ ਘਰ ਦੇ ਵਿੱਚ ਨਾ ਵੜਨ ਦਾ ਵੀ ਕਿਉਂ ਕਿਹੇ ਪਿੰਡ ਨੇ ਤੇਰੀ ਬੇਬੇ ਨੂੰ ਦੁੱਖ ਦਿੱਤਾ ਵੀ ਮੈਨੂੰ ਕਸਮ ਚਕਾਲਾ ਮੈਂ ਇਹਨਾਂ ਨੂੰ ਕੁਛ ਨੀ ਕਿਹਾ ਆਪੇ ਚੀਕਾਂ ਮਾਰ ਕਦੋਂ ਪੂਰਾ ਤੂੰ ਹੋਏ ਬੱਚਾ ਤੇਰੇ ਜਿੰਨੇ ਚਾਹੀਦਾ ਦੱਸ
ਤੇਰੇ ਕੋਲ ਆਪਣੀ ਬੋਲੀ ਪੂਰਾ ਜੱਟ ਤੇ ਮੈਂ ਕੀ ਲੈਣਾ ਵਿੱਚ ਹੋਏ ਚੌਧਰੀ ਮੈਂ
ਪੂਰੇ ਚੋਂ ਸ਼ੈਵਾਂ ਲੱਭ ਲੱਭ ਕੇ ਖਾਣ ਵਾਲੀ ਔਰਤ ਦੇ ਆ ਬੱਚਿਆ। ਇਹਨੂੰ ਗਰਦਨ ਫਰਮੇਸ਼ਨਾਂ ਕਿਹਨੇ ਦਿੱਤੀਆਂ ਬਾਈ? ਜੱਟ ਆਏ ਆ ਪਰਾਂ ਮੂੰਹ ਰੱਖ ਕੇ ਜੱਟ ਘਬਰਾਇਆ ਬਹੁਤ ਬੜਾ ਹੁੰਦਾ। ਰੁਪਈਆ ਮੰਦੇ ਦੇ ਮੇਰੀ ਸਲਾਮੀ ਖਰਾਬ ਕਰਨ ਦੇ ਆ। ਹੋਵੇ ਤੂੰ ਮੇਰਾ ਹੋਣ ਵਾਲਾ ਸਾਲਾ, ਅੱਲਾ ਮਾਫੀ ਦੇਵੇ। ਮੈਂ ਲੱਖ ਬੰਨਿਆ ਇੱਥੇ, ਇੱਕ ਨਾਲ ਤੂੰ ਮੇਰਾ ਸਾਲਾ ਹੋਵੇ। ਅੱਲਾ ਮਾਫੀ ਦੇਵੇ ਤੈਨੂੰ, ਕਿਸੇ ਨੇ ਭੈਣ ਕੀ ਦੇਣੀ ਹੈ? ਤੂੰ ਤੇ ਆਪ ਏਡਾ ਬਦ ਕਿਸਮਤ ਦੀਆਂ ਭੈਣਾਂ ਏਡੀਆਂ ਡਰਾਉਣੀਆਂ। ਅੱਲਾ ਮਾਫੀ ਦੇਵੇ, ਮੈਂ ਵੇਖੀ ਆ, ਮੈਂ ਤੈਨੂੰ ਭੈਣ ਦੀ ਗੱਲ ਨਹੀਂ ਕਰਦਾ। ਮੇਰੀਆਂ ਭੈਣਾਂ ਏਡੀਆਂ ਡਰਾਉਣੀਆਂ, ਮੈਨੂੰ ਤੂੰ ਭੈਣ ਦੀ ਗੱਲ ਨਹੀਂ ਕਰਦਾ। ਇਹਦੀਆਂ ਏਡੀਆਂ ਸੋਹਣੀਆਂ ਨੇ, ਹਰ ਚੌਂਕ 'ਚ ਬੰਦੇ ਖਲੋ ਖਲੋ ਕੇ ਦੱਸੋ ਵੱਡੀ ਜਿਹੜੀ ਗੋਰੀ ਉਹਦੀ ਚੜਦਾ
ਤੇਰਾ ਲੱਖ ਜਗ੍ਹਾ ਲੁਕਾ ਲੋ ਤੇਰਾ ਧਿਆਨ ਜਾ ਪੈਂਦਾ ਗਾਉਣ ਕੱਢਾਂਗੇ ਤੂੰ ਸਾਰਾ ਗਾਉਣ ਹੀ ਕੱਢਣੇ ਆ ਤੈਨੂੰ ਗਾਉਣ ਦਾ ਕੀ ਪਤਾ ਚਲੋ ਗਾਉਣ ਕੱਢਿਆ ਖੇਤਾਂ ਓ ਚੌਧਰੀ ਏਡਾ ਪੁੱਠਾ ਹੀ ਆ ਬੇਡਿਆ ਮਰਾਸੀ ਕਿਤੇ ਕਿਤੇ ਤਗੜੇ ਆ ਜੱਟਾਂ ਨੂੰ ਬਿਮਾਰੀਆਂ ਲੱਗੀ ਹੋਵੇ ਮੇਰਾ ਪਿੰਡ ਤੇ ਤੇਰੇ ਵਰਗੇ ਭੁੱਲੇ ਬੈਠੇ ਹੁੰਦੇ ਆ ਗਾਉਣ ਕੱਢ ਅੱਛਾ ਜੀ ਮੇਰੇ ਗਾਮਾ ਦਾ ਦਾਬਾ ਮਾਪਾ ਮਗਰ ਕਰੇ ਤਾਂ ਤੁਸੀਂ
ਵਾਕਈ ਚੌਧਰੀ ਹੈ? ਉਹ ਨਹੀਂ ਚੌਧਰੀ ਕੋਈ ਨਹੀਂ ਅੱਬਾ, ਇਹ ਤੇ ਮਿੱਟੀ ਖਾਣ ਵਾਲਾ ਸੱਪ ਹੈ। ਮੈਂ ਤੁਹਾਨੂੰ ਕਦੀ ਖਾਧਾ ਨਹੀਂ। ਇਹ ਭੱਜ ਭੱਜ ਮੇਰੇ ਲਾਉਂਦਾ, ਮੈਨੂੰ ਭੂਆ ਦਿੱਤੀ ਹੈ। ਠੀਕ ਹੈ ਭਲਿਆ ਲੋਕਾਂ, ਇੱਕ ਦਿਨ ਲਾਲਾ ਵੀ ਗਾ ਰਹੇ ਸਨ, ਲਾਲਾ ਮਿਆਦੀ ਸਾਹਿਬ ਗਾ ਰਹੇ ਸਨ ਇੱਕ ਜਗ੍ਹਾ 'ਤੇ। ਹਾਂਜੀ
ਗਾਂਧੀਆਂ ਗਾਂਧੀਆਂ ਗਦਰਾਂ ਦੀ ਕਿਤਾਬ ਬੰਦ ਹੋ ਗਈ। ਅੱਛਾ, ਉੱਤੇ ਕਵਰ ਚੜ੍ਹੇ ਸੀ ਅਖਬਾਰ ਦਾ। ਠੀਕ, ਲਾਲ ਲੋਕੀ ਪੈਸੇ ਸੁੱਟ ਰਹੇ ਸਨ। ਲਾਲਾ ਜੀ ਨੇ ਕਿਹਾ ਯਾਰ ਮੈਂ ਗਦਰ ਲੱਭੀ ਤੇ ਲੈ ਜਾ ਦਿੰਦਾ ਤੂੰ। ਠੀਕ, ਇਹ ਵਿੱਚ ਕੀਤਾ ਸੀ ਉਹਨੇ, ਲਾਲਾ ਜੀ ਨੇ ਕੀਤਾ ਸੀ। ਖਬਰ ਕਿਸ ਤਰ੍ਹਾਂ ਗਦਰ ਦੇ ਵਿੱਚ ਉਹਨੇ ਲਾਈ? ਅੱਛਾ, ਦਿਲ ਲਗਾਇਆ ਮੈਨੂੰ ਸ਼ਗਿਰਦ ਕਰ ਲਾ ਤੇਰੀ ਮਿਹਰਬਾਨੀ ਆ।
ਪਹਿਲੀ ਮੇਰੀ ਸ਼ਰਤ ਇਹ ਆ ਸਾਰੀਆਂ ਕੁੜੀਆਂ ਮੇਰੇ ਨਾਲ ਫਰੀ ਕਰੋ ਸਿੱਧੀ ਰਿਹਾਇਸ਼ ਆਪਣੀ ਉੱਧਰ ਹੀ ਲੈ ਜਾ ਦੂਜੀ ਸ਼ਰਤ ਮੇਰੀ ਇਹ ਆ ਮੈਨੂੰ ਸਾਉਂਡ ਰਹਿਣ ਵਾਸਤੇ ਇਕੱਲਾ ਕਮਰਾ ਦਿਓ ਔਰ ਕੋਈ ਜੀ ਤੁਹਾਡੇ ਜੋ ਉੱਧਰ ਨਾ ਬੜੇ ਇਹ ਸ਼ਰਤ ਸਿਰਫ ਮਰਦਾਂ ਵਾਸਤੇ ਆ ਔਰ ਤੀਜੀ ਸ਼ਰਤ ਇਹ ਆ ਮੈਨੂੰ ਗਾਣਾ ਠੰਡਾ ਕਰਕੇ ਸਿਖਾਉਣਾ ਮੈਂ ਪੁੱਤਰ ਤੈਨੂੰ ਯੰਮੀ ਰਾਗ ਸਿਖਾਵਾਂਗਾ ਜਿਹੜਾ ਮੈਂ ਇਹਦੀ ਅੰਮੀ ਕੋਲੋਂ ਸਿੱਖਿਆ ਹੈ ਮਰਜਾ ਔਰ ਚੌਥੀ ਸ਼ਰਤ ਮੇਰੀ ਇਹ ਆ ਮੇਰੇ ਕੋਲ 20,000 ਰੁਪਇਆ ਉਹ ਮੇਰੇ ਕੋਲੋਂ ਕੋਈ ਨਹੀਂ ਲਵੇਗਾ ਇੱਕ ਮਿੰਟ ਕਿੰਨੇ ਪੈਸੇ ਨੇ ਤੇਰੇ ਕੋਲ 20,000 ਕਿਉਂ ਮਰਾਸੀ ਮਾਰਨੇ ਨਹੀਂ ਹਾਂ ਸਾਹਿਬ ਉਹਦੇ ਕੋਲ ਹੈ ਅੱਛਾ ਸਾਡੇ ਕੋਲ ਨਹੀਂ ਸ਼ੁਕਰ ਉਹ 20,000 ਮੇਰੇ ਕੋਲ ਰਵੇਗਾ ਔਰ ਮੈਂ ਤੁਹਾਡੇ ਕੋਲ ਰਵਾਂਗਾ ਸਾਨੂੰ ਮਨਜ਼ੂਰ ਹੈ ਬੱਚੀ ਪਰ ਇੱਕ ਸ਼ਰਤ ਮੇਰੀ ਵੀ ਹੈ ਕਿਹੜੀ ਸ਼ਰਤ ਆ ਤੇਰੀ ਓਏ ਕਦੀ ਕਦੀ ਇਹ ਪੈਸੇ ਮੇਰੇ ਸਾਹਮਣੇ ਗਿਰ ਛੱਡਿਆ ਕਰੀ ਯਾਰ ਤੁਹਾਡੀ ਆਸਤਾ ਆ ਮੇਰਾ ਹੋਰ ਜਨਾਬ ਤੂੰ ਠੀਕ ਜਾ ਗਿਆ ਹੈ ਜੀ ਮਾਲਾ ਨੰਗ ਲਾਈ ਕਰਕੇ ਤਾਂ ਬਰਦਾਰ ਮਾਈਕ ਫੇਰ ਕੱਢ ਮਾਰਦੀ ਹੈ ਨਾਮ ਰਾਤਾ ਡੋਗਰਾਂ ਦੇ ਮਗਰ ਮਗਰ ਆਉਂਦੇ ਆ ਤੂੰ ਚੱਲ ਕਾਹਦਾ ਡੋਗਰ ਪਾਉਣੇ ਘੰਟੇ ਤੋਂ ਜੁਗਤਾਂ ਕਰਦੇ ਆ ਮੈਡਮ ਤੇਰੇ ਡੋਗਰ ਹੁੰਦਾ ਲੇਕਿਨ ਤੂੰ ਫੇਗਾ ਡੋਗਰ ਵੀ ਹਾਈ ਕੰਧ ਮਰਾਸੀਆਂ ਨਾਲ ਹੀ ਲੱਗਦੀ ਰਹੀ ਸਾਡੇ ਨਾਲ ਲੱਗਦੀ ਸੀ ਕੱਚੀ ਕੰਧ ਤੇ ਮੈਨੂੰ ਮਿੱਟੀ ਖਾਣ ਦਾ ਬੜਾ ਸ਼ੌਕ ਸੀ ਇੱਧਰ ਉਸਤਾਦ ਜੀ ਮੈਂ ਨੌਕਰ ਤੁਹਾਡਾ ਮੈਂ ਉਸਤਾਦ ਤਾਬੇਦਾਰ ਮੈਂ ਤੇਰੀ ਖਿਦਮਤ ਬੜੀ ਕਰਨੀ ਹੈ ਮੈਨੂੰ ਬਸ ਗਾਉਣਾ ਸਿਖਾ ਦੇ ਨਹੀਂ ਤੇ ਮੈਂ ਸੁੱਤਿਆਂ ਪਿਆ ਤੇਰੀ ਧੌਣ ਵੱਢ ਛੱਡਣੀ ਹੈ ਮੱਥੇ ਤੇ ਸ਼ਾਬਾਸ਼ ਇਹਦੇ ਗੰਨੇ ਵਾਪਸ ਕਰ ਦੇ ਗੰਨੇ ਨਹੀਂ ਵਾਪਸ ਹੋਣੇ ਉਹ ਮੈਂ ਜਿੱਥੋਂ ਲੈ ਗਿਆ ਉੱਥੇ ਲਿਖਿਆ ਖਰੀਦਾ ਹੋਇਆ ਮਾਲ ਵਾਪਸ ਨਹੀਂ ਹੋਗਾ ਪੁੱਤਰ ਜੀ ਹੁਣ ਤੁਸੀਂ ਸਾਡੇ ਹੋ ਗਏ ਸ਼ਗਿਰਦ ਹਾਂਜੀ ਸਾਡੇ ਨਾਮ ਦੀ ਵੀ ਲਾਜ ਹੈ ਤੁਹਾਡੇ ਨਾਮ ਦੀ ਵੀ ਇੱਜ਼ਤ ਹਾਂਜੀ ਹੁਣ ਜਿਹੜਾ ਗਾਣਾ ਅਸੀਂ ਦੱਸਣਾ ਹੈ ਉਹ ਮੇਰਾ ਪੁੱਤਰ ਯਾਦ ਕਰਕੇ ਮੈਨੂੰ ਗਾਣਾ ਯਾਦ ਕਰਾਓ ਲਓ ਕਹੋ ਪੁੱਤਰ ਜੀ ਵਾਓ ਜੀ ਸਾਰੇ ਗਾਮਾ ਪਾਦਾ ਨੀ ਸਾਰੇ ਦਾ ਪਾਮਾ ਗਾਦੇ ਦਾ ਸਾਰੇ ਗਾਮਾ ਪਾਦਾ ਸਾਰੇ ਦਾ ਪਾਮਾ ਗਾਦੇ ਦਾ ਮੈਨੂੰ ਗਾਣਾ ਦੱਸ ਮੈਨੂੰ ਹਕੀਮ ਦੀਆਂ ਦਵਾਈਆਂ ਦੇ ਨਾਂ ਨਾ ਦੱਸ ਇਹ ਗਾਣਾ ਬੇਟਾ ਸਾਰੇ ਗਾਦੇ ਸਾਰੇ ਤੁਸੀਂ ਕੋਲ ਰੱਖੋਣਾ ਤੇ ਗਾਵੇਂ ਗਾਵੇਂ ਮੈਨੂੰ ਦੇ ਦੇਣਾ ਬਾਅਦ ਪਹਿਲੇ ਮੈਨੂੰ ਗਾਉਣਾ ਸਿਖਾ ਬੇਟਾ ਤੂੰ ਅੱਜ ਤੋਂ ਬਾਅਦ ਬਖਤੀ ਨਾਲ ਸਾਡਾ ਸ਼ਗਿਰਦ ਅੱਛਾ ਜੀ ਤੇ ਅੱਜ ਤੋਂ ਤੇਰੀ ਤਲੀਮ ਸ਼ੁਰੂ ਹੈ ਤਲੀਮ ਹੈ ਲੋਫਰਾ ਓਏ ਤਲੀਮ ਹੈ ਬਾਲਗਾ ਬੇਟਾ ਆ ਕਹੋ ਮੇਰੇ ਗਾਮਾ ਦਾ ਦਾ ਪਾ ਮਾ ਪਾ ਮਾ ਗਾ ਗਾ ਸਿੱਧਾ ਗਾਣਾ ਸਿਖਾ ਸੂਦਾ ਥਾ ਮੈਨੂੰ ਗਾਉਣਾ ਉਹ ਸਿਖਾਓ ਜਿਹੜਾ ਮੇਰੀ ਸਮਝ ਚ ਆਵੇ ਜਲਦੀ ਚਲੇ ਰਾਣਾ ਜਪ ਸ਼ਾਮ ਜਗੇ ਦਾਣਾ ਮੈਨੂੰ ਗਾਉਣਾ ਸੁਣਾਓ ਤੁਸੀਂ ਤਾਂ ਮੈਨੂੰ ਸੁਣੇ ਦੇਣ ਡੇ ਜਬ ਦੀਪ ਚਲੇ ਜਾਣਾ ਔਰ ਜਬ ਸ਼ਾਮ ਡਲ ਜੇ ਤੂੰ ਚਲੇ ਜਾਣਾ ਤੇ ਜੇ ਆਉਣ ਜਾਣ ਹੀ ਕਰਨਾ ਸੀ ਤੇ ਆਉਣ ਦੀ ਲੋੜ ਕੀ ਹੈ ਪੁੱਤਰ ਸਾਡੀ ਸੁਣ ਲੈ ਜਾਂ ਸਾਨੂੰ ਸੁਣਾ ਲੈ ਸੁਣਾ ਅਸੀਂ ਕਸਬੀ ਲੋਕ ਆ ਸਾਡੇ ਕੋਲੋਂ ਸਿੱਖ ਅੱਛਾ ਆ ਕਹੋ ਜਬ ਦੀਪ ਚਲੇ ਰਾਣਾ ਇਹ ਕਹਿਣਾ ਜਬ ਸ਼ਾਮ ਚਲੇ ਤੇਰੇ ਨੱਕ ਚੋਂ ਕੱਠਾ ਹੁੰਦਾ ਤੂੰ ਅੰਗੀਠੀ ਸੁੰਘਦਾ ਲੈਣਾ ਤੇ ਤੂੰ ਆਪਣੀ ਮਰਜ਼ੀ ਦੀਆਂ ਜਗ੍ਹਾ ਲੱਭੀਆਂ ਨੇ ਮੈਨੂੰ ਵੀ ਪੁੱਛ ਲੈ ਕਿੱਥੇ ਵੇਖਣਾ ਜਿੰਨਾ ਵੇਲੇ ਮੈਨੂੰ ਗਾਉਣਾ ਯਾਦ ਹੋ ਜਾਂਦਾ ਫਿਰ ਵਿੱਚ ਤਰ੍ਹਾਂ ਤਰ੍ਹਾਂ ਕਰਕੇ ਬੁਲਾ ਦਿੰਦਾ ਮੈਨੂੰ ਸਿੱਧਾ ਸਿੱਧਾ ਗਾਉਣਾ ਦੱਸ ਤੈਨੂੰ ਕੀ ਬਣ ਗਈ ਮਰਾਸੀਆਂ ਤਮੀਜ਼ ਨੀ ਡੋਗਰਾਂ ਨੂੰ ਗਾਣਾ ਕਿਵੇਂ ਸਿਖਾਈ ਦਾ ਮਾਏ ਵਿੱਚ ਜੇ ਡਾਂਗਾ ਮਾਰ ਕੇ ਤੇਰਾ ਤਾਰਾ ਠੀਕ ਹੋ ਜਾਣਾ ਤੁਸੀਂ ਤਾਰਾ ਤੋਂ ਕਿਉਂ ਗਰਮੀ ਖਾਣ ਡੇ ਹੋ ਇਹ ਸਮਝੋ ਵੱਡਾ ਵੱਡਾ ਕਮਾ ਦੇ ਅੱਛਾ ਵਿੱਚ ਧਨੀਆਂ ਬੀਜੇ ਆ ਹੁਣ ਠੀਕ ਹੁਣ ਇਹ ਨਹੀਂ ਸਮਝ ਲੈ ਇਸ ਜਦੇ ਗਾਣਾ ਜਪ ਸ਼ਾਮ ਜਦੇ ਗਾਣਾ ਇਜਾਜ਼ਤ ਸਾਚ ਇਜਾਜ਼ਤ ਇਜਾਜ਼ਤ ਖੁਦਾ ਕੌਣੇ ਦੀ ਜਾਓ ਮੈਂ ਵੀ ਉਹ ਦੇਣ ਦੇ ਇਜਾਜ਼ਤ ਦੀ ਜੀ ਨਾ ਬਲੇ ਬਿਸਮਿਲਲਾ ਬਲੇ ਅੱਛਾ ਕਹਿਣਾ ਕੀ ਹੈ ਹੁਣ ਦੱਸੋ ਜਰਾ ਮੈਂ ਦੱਸ ਕੀ ਕਰ ਮੈਂ ਨਹੀਂ ਦੱਸੋ ਜਪ ਜੀ ਕੁਝ ਦੇ ਦਾਣਾ ਜਪ ਸ਼ਾਮ ਜਦੇ
जगदीप जने आना कने बताओ शलगम गोभी जब इस फोन तो नहीं दबाता ना ना के फोन से तेरी मर्जी दी है चीज़ आपाई ना सारी मैं हूँ नहीं तेरे कार्ड की धान ना हाँ और मैं हूँ इस तंग दिया कार्ड वे कौन सा तो बात कर दे ना ना है इतनी कार कोई दिया मैं ऐसे है यूँ ही बोलते हैं तो जाइए तो नाम ही देना जाइए ਇਹਦਾ ਭੂੜਾ ਚਾਲ ਉਸਤਾਦ ਹੋਏਗਾ ਤੇ ਅੰਦਰ ਹੋਏਗਾ ਮੇਰੇ ਕੋਲ ਛੇਤਰ ਨਾ ਖਾ ਲਈ ਮੈਂ ਦਿੱਤਾ ਸੀ ਇਹਦਾ ਤੇ ਘੂਰ ਰਹੇ ਆ ਮੈਂ ਨਾ ਟੋਲਕੀ ਵਾਲਿਆ ਸੁਣੀ ਜਰਾ ਓਏ ਜਬ ਦੀਪ ਚਲੇ ਆਣਾ ਏ ਜਬ ਸ਼ਾਮ ਢਲੇ ਕੀ ਹੋਇਆ ਓ ਭਾਈ ਓਏ ਦੇ ਗੰਨੇ ਵਾਪਸ ਕਰ ਦੇ ਓਏ ਕੀ ਹੋਇਆ ਸਾਡੇ ਮਰਜ਼ੀ ਦਾ ਕੇਸ ਨਹੀਂ ਇਹ ਗਾਉਣ ਦੇ ਕੀ ਜਰਾ ਮੈਨੂੰ ਦੱਸੋ ਮੈਂ ਇਹੀ ਤਾਂ जगदीप जले लाना जगदीप जली होना क्या पुत्र जब कथे रहना जब कहने जगदीप जले लाना जगदीप ਯਾਰ ਕਹਿਣਾ ਜਪਦੀਪ ਜਦੇ ਰਾਣਾ ਜਪਦੀਪ ਜਿਹੜੇ ਮਾਤਾ ਕੱਢਾ ਮੇਰੀ ਗੱਲ ਸੁਣਾ ਕੱਢਾ ਦਾ ਬਾਤ ਮੇਰੀ ਗੱਲ ਪਰ ਜਾ ਅੱਜ ਮਰਾਸੀਆਂ ਦੇ ਆਇਨ ਚ ਤਬਦੀਲੀ ਹੋ ਜਾਣੀ ਸਾਡੇ ਕੋਲੋਂ ਵੀ ਬੰਦਾ ਕਤਲ ਹੋ ਜਾਏਗਾ ਕੀ ਹੋਇਆ ਜੀ ਨਾ ਕਹੋ ਜਪ ਯਬ ਜਪ ਯਬ ਜਪ ਯਬ ਜਪ 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 ਯਬ ਆ ਜਾਓ ਖਾਨ ਸਾਹਿਬ ਮੈਂ ਇਹਦੀ ਤਲਾਸ਼ੀ ਲਈ ਇਹਦੇ ਕੋਲ ਜਪ ਹੈ ਹੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਰ ਹਾਂਜੀ ਉਸਤਾਦ ਜੀ ਗੱਲ ਪਤਾ ਕੀ ਆ ਮੈਂ ਤੁਹਾਡੇ ਅਦਬ ਦੀ ਖਾਤਰ ਕੱਢਣ ਨਹੀਂ ਦੇ ਅਕਾਊਂਟ ਤੁਸੀਂ ਮੈਨੂੰ ਕੱਲਿਆਂ ਛੱਡ ਦਿਓ ਮੈਂ ਕੱਢ ਲਾ ਮੈਨੂੰ ਜਰਾ ਸ਼ਰਮ ਹੋਣ ਡਈ ਹਾਂ ਜਪ ਜਪ ਡਾਕਟਰ ਸਾਹਿਬ ਹਾਂਜੀ ਜਵਾਨੀਆਂ ਮਾਣੋ ਹਾਂਜੀ ਪਿਆਰ ਨਾਲ ਕਹਿਣਾ ਹਾਂਜੀ ਜਪ ਜਪ ਜਬ ਜਬ ਉਹ ਬਾਦਸ਼ਾਹ ਨਾ ਦਿਆ ਜਬ ਤੇਰੀ ਜਬ 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 ਉਹ ਨਾ ਕਰ ਪਿੰਡ ਪਿੰਡ ਕੇ ਜੀਰ ਖੁੱਲਾ ਕਰ ਲਈ ਮੈਂ ਜੀ ਤੈਨੂੰ ਕਹਿਣ ਡਿਆ ਮੈਂ ਜਬ ਕਹਿ ਰਿਹਾ ਮੈਂ ਤੂੰ ਕਰ ਲਈ ਮੈਂ ਕਲ ਫੰਡੀ ਆ ਉਹ ਡੋਗਰਾ ਗਾਣੇ ਦੇ ਧਿਆਨ ਕਿਤੇ ਪਹਿਣਾ ਕੇ ਪਿੱਛੇ ਹੋ ਗਏ ਹੁਣ ਰਕਮਾਂ ਤੇ ਗਿਣ ਲਾ ਯਾਰ ਆਪਣੀਆਂ ਪੂਰੀਆਂ ਹੀ ਆ ਇੱਕ ਦੋ ਤਰੇ ਚਾਰ ਪੰਜ ਉਹ ਬਾਹਰ ਆਓ ਤੁਹਾਡੀ ਗਾਈ ਖੁੱਲ ਗਈ ਜੇ ਮੇਰਾ ਸਾਰਾ ਪੁੱਤਰ ਉਹ ਚੱਲ ਕੰਮ ਕਰ ਜਾ ਕੇ ਜੰਮਿਆ ਕਿਸੇ ਨੇ ਤੂੰ ਐਵੇਂ ਮਲ ਮਾਰਨ ਲਈ ਮੈਨੂੰ ਪਤਾ ਲੱਗ ਗਿਆ ਬੱਚੇ ਦੀ ਕਿ ਤੂੰ ਸਾਡੇ ਘਰਾਣੇ ਦਾ ਸ਼ਗਿਰਦ ਆ
ਮੈਂ ਨਹੀਂ ਕਹਿਣ ਡਿਆ ਮੇਰੀਆਂ ਵੀ ਨਿਕਲਣ ਡਈ ਆ
ਕੀਆਂ ਆਉਣੀ ਆ ਤੂੰ ਚੱਲ ਜਾ ਇੱਥੋਂ ਤਰਾ ਪਰ ਛੜੀਆਂ ਮੇਰਾ ਮੜ ਕੇ ਚੱਲ ਜਾ ਦੌੜ ਹਾਂਜੀ ਮੈਂ ਨਾ ਤੇਰੇ ਨਾਲ ਮੈਂ ਨਹੀਂ ਨਾ ਤੇਰੇ ਨਾਲ ਚੱਲ ਦੌੜ ਮੈਂ ਨਾ ਤੇਰੇ ਨਾਲ ਉਹ ਮੈਂ ਨਹੀਂ ਚੱਲ ਦੌੜ ਚੱਲ ਦੌੜ ਜਾ ਇਹ ਮੇਰੇ ਉਸਤਾਦ ਦਾ ਘਰ ਤੇ ਮੈਂ ਕਦੀ ਉਸਤਾਦ ਦੇ ਘਰ ਚ ਉਸਤਾਦੀ ਨਹੀਂ ਲਾਈ ਮੈਂ ਦਿੱਤਾ ਮੈਂ ਜੀ ਮਾਂ ਨੇ ਮਾਣੀ ਹੋ ਜੇ ਤੇ ਦੌੜੋ ਇਹ ਨਾ ਕਰਨਾ ਮੈਂ ਨਹੀਂ ਨਾ ਮਾਣੀ ਕੀ ਕਰ ਰਿਹਾ ਮੈਂ ਚੱਲ ਮੈਂ ਮੈਂ ਨਹੀਂ ਜਾਂਦਾ ਮੈਂ ਨਾ ਤੇਰੇ ਨਾਲ ਮੈਂ ਨਹੀਂ ਜਾਂਦਾ ਮੈਂ ਤੇ ਨਹੀਂ ਤੈਨੂੰ ਛੁੱਟੀ ਨਹੀਂ ਆ ਹੁਣ ਪਿੰਡ ਮੋੜ ਮੈਂ ਇੰਜ ਨਾ ਨਾ ਧਿਆਨ ਪਾਓ ਜੇ ਇਹ ਸ਼ਹਿਰ ਆ ਵੀ ਬੜੇ ਆ ਤੇ ਹੁਣ ਫੇਰ ਜ਼ਰੂਰ ਤੂੰ ਮੇਰੀ ਪਿੰਡ ਕਰਾਉਣੀ ਆ ਇਸ ਕੰਮ ਚ ਅਖੀਰ ਬੰਦਾ ਗੰਦਾ ਹੀ ਹੁੰਦਾ ਮੈਂ ਹੁੰਦਾ ਕੁੱਤੇ ਵਾਲੀ ਹੁੰਦੀ ਹੈ ਤੂੰ ਗੱਲ ਸੁਣਾ ਤੂੰ ਤੇ ਗੱਲ ਵਧਾਉਣ ਡਈ ਹੈ ਆਰਾਮ ਨਾਲ ਬੈਠ ਕੇ ਮੈਨੂੰ ਗੱਲ ਸੁਣਾਵਾ ਦਿੰਦਾ ਮੈਨੂੰ ਡਰ ਹੈ ਤੂੰ ਨਾ ਦੱਸ ਦੇਵੇਂ ਕਿਤੇ ਮੈਂ ਨੀ ਦੱਸਦਾ ਹੁੰਦਾ ਮੈਂ ਤੇ ਬੜਾ ਘੁੰਨਾ ਆਦਮੀ ਆ ਮੈਂ ਤੇ ਅੱਗੇ ਪੰਜ ਛੇ ਗੱਲਾਂ ਦਿਲ ਚ ਲਈ ਫਿਰਨਾ ਮੈਂ ਨੀ ਪਾਗਲ ਹਾਂ ਮੈਂ ਨਹੀਂ ਦੱਸਦੀ ਤੇ ਮੇਰਾ ਤੇ ਤੂੰ ਖਾਓ ਵੀ ਨਾ ਖਾ ਤੂੰ ਸੱਚੀ ਨਹੀਂ ਦੱਸੇਗਾ ਨਹੀਂ ਮੈਂ ਨੀ ਮੁੱਚੀ ਸੱਚੀ ਨਹੀਂ ਦੱਸਦਾ ਮੈਂ ਸੱਚੀ ਹਾਂ ਗੱਲ ਬੜੀ ਜ਼ਰੂਰੀ ਹੈ ਇਹ ਗੱਲ ਹੁੰਦੀ ਜ਼ਰੂਰੀ ਆ ਮੈਨੂੰ ਪਤਾ ਕੀ ਹੋ ਗਿਆ ਹਾਂ ਗੱਲ ਬੜੀ ਜ਼ਰੂਰੀ ਸੁਣਾਣਾ ਹੋ ਜਾ ਪਤਾ ਮੈਨੂੰ ਨਹੀਂ ਪੱਤੇ ਨੂੰ ਪਤਾ ਪਤਾ ਤੈਨੂੰ ਹਾਂ ਭਾਈ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਸੱਦੇ ਕਰ ਕੀ ਹੋ ਗਿਆ ਮੈਨੂੰ ਇਹ ਕੀ ਹੈ ਮੈਂ ਇਹ ਸ਼ਰਮ ਲਾਣ ਦੀ ਹੈ ਆਪ ਹਾਂ ਗੱਲ ਸੁਣਾ ਮੈਨੂੰ ਨਾ ਸਾਰਿਆਂ ਦੀ ਸੋ ਅੱਛਾ ਤੂੰ ਸੋਹਣਾ ਹੈ ਇਹ ਤੇ ਮੈਨੂੰ ਪਿੰਡ ਵੀ ਬੜੇ ਬੰਦੇ ਕਹਿੰਦੇ ਤੂੰ ਸੋਹਣਾ ਤੂੰ ਸੋਹਣਾ ਤੂੰ ਸੋਹਣਾ ਮੈਂ ਤੈਨੂੰ ਕਹਿ ਰਹੀ ਹਾਂ ਤੂੰ ਬਹੁਤ ਸੋਹਣਾ ਹੈ ਆ ਵਿੱਚ ਤੂੰ ਬਹੁਤ ਦਾ ਜਿਹੜਾ ਵਾਅਦਾ ਕੀਤਾ ਇਹ ਗੱਲ ਵਧੀਆ ਜੀ ਹੈ ਨਾ ਹਾਂਜੀ ਤੂੰ ਪਤਾ ਬਹੁਤ ਸੋਹਣਾ ਹੈ ਅੱਛਾ ਮੈਂ ਤੇਰੇ ਤੇ ਰਹਿ ਗਈ ਹਾਂ ਤੂੰ ਰਹਿ ਗਈ ਹਾਂ ਮੈਂ ਹਾਂ ਮੈਂ ਵੀ ਰਹਿ ਗਿਆ ਹਾਂ ਮੈਂ ਐਵੇਂ ਸ਼ਰਮ ਨਾਲ ਨਹੀਂ ਹਾਂ ਕਹਿਣ ਦੀ ਜਲਾਲ ਹਾਂ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ ਮੈਂ ਤੇ ਦਿਲ ਚ ਹੋ ਰੇ ਕਰ ਵੀ ਲਈ ਮੇਰੀ ਭੈਣ ਨੇ ਮੇਰੇ ਸ਼ਰਤ ਤੇ ਲੱਗੀ ਹੈ ਅੱਛਾ ਹਾਂ ਅੱਛਾ ਤੇ ਕੋ 20000 ਹੈ ਨਾ ਹਾਂ ਮੇਰੇ ਕੋ 20000 ਹੈ ਉਹ ਬੰਦੇ ਦੇ ਉਹ ਨਿਕਲ ਓਏ ਇੱਥੋਂ ਚਿੱਟਾ ਖਬਰਦਾਰ 20000 ਦਾ ਜ਼ਿਕਰ ਨਾ ਕਰੀਂ ਕਿਉਂ 20000 ਦੇ ਮੈਂ ਮੇਰੇ ਦੀ ਕਿਸੇ ਨੂੰ ਆਉਣ ਦੇਣਾ ਮੇਰੀ ਬੇਬੇ ਨੇ ਕਿਹਾ ਕਿ ਇਹਦੇ ਚੱਕਰ ਦੀ ਨਹੀਂ ਮੈਂ ਚੱਲਦਾ ਹੁਣ ਇੱਥੋਂ ਤੂੰ ਨਹੀਂ 20000 ਦੇ ਮੈਂ ਨਹੀਂ ਦੇਣਾ 20000 ਨਹੀਂ ਮੈਂ ਨਹੀਂ ਦੇਣਾ ਨਹੀਂ ਨਹੀਂ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਇੰਜ ਤੂੰ ਕਢਾ ਲੈਣਾ ਤੇ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਨਹੀਂ ਮੈਂ ਨਹੀਂ ਦੇਣਾ ਨਾ ਇੰਜ ਕਰ ਤੈਨੂੰ ਪਤਾ ਮਰਦ ਥੋੜ ਜਿਹੀਏ ਹੁੰਦੇ ਆ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਇੰਨੀ ਦੇਰ ਚ ਤੇ ਜੇਬ ਚੋਂ ਆਪੇ ਹੀ ਕੱਢ ਲਈਦਾ ਹੁੰਦਾ ਨਹੀਂ ਜੋ ਮੇਰਾ ਹੌਸਲਾ ਪੈਣ ਡਿਆ ਤੇ ਮੈਂ ਕੀ ਕਰਾਂ ਮੈਂ ਨਹੀਂ ਦੇਣਾ ਨਹੀਂ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ ਚੱਲ ਦੌੜ ਇੱਥੋਂ ਨਹੀਂ ਦੇਣਾ ਗੱਲ ਸੁਣ ਉਹ ਜਿਹੜਾ ਤੂੰ ਪਿਆ ਕਿਆ ਤੂੰ ਬਹੁਤ ਸੋਹਣਾ ਤੂੰ ਜ਼ਰਾ ਵੀ ਸੋਹਣਾ ਨਹੀਂ ਗੱਲ ਸੁਣ ਉਹ ਜਿਹੜਾ ਤੂੰ ਕਿਹਾ ਸੀ ਮੈਂ ਤੇਰੇ ਤੇ ਰਹਿ ਰਹੀ ਹਾਂ ਚਲੋ ਦੌੜੋ 20000 ਦੇ ਨੇੜੇ ਨੂੰ ਲੱਗੇ ਬੰਦੇ ਮੈਂ ਤੁਹਾਨੂੰ ਇੰਨਾ ਸੋਹਣਾ ਕਹਿ ਕੇ ਗਏ ਨਹੀਂ ਆ
ਕੇ ਵੇ ਤੂੰ ਮੁਕਰ ਜੁੰਦੇ ਗਈ ਆ ਨਹੀਂ ਤੂੰ ਵੀ ਘਰ ਦੇ ਕਾ ਤੂੰ ਸੋਣਾ ਵੀ ਐ ਮੈਂ ਤੇਰੇ ਤੇ ਰਹਿ ਵੀ ਗਈ ਮੈਂ ਤੇ ਨਾ ਸ਼ਾਦੀ ਵੀ ਕਰਾਂਗੀ ਉਹ ਤੇ ਕਿਹੜ ਨੂੰ ਵੀ ਮਿਉ ਤੇ ਉਹਨੂੰ ਸੋਣਾ ਲੱਗਦਾ ਨਹੀਂ ਇਹ ਤੇ ਤੂੰ ਕਿਹੜਾ ਵੱਡਾ ਕੰਮ ਕੀ ਕਰਨਾ ਹੈ ਤੇ ਤੇ ਟਾਈਮ ਮੇਰੇ ਕੋਲ ਉਹ ਘਰ ਲੋ ਕਾਰੀਓ ਤੂੰ ਘਰ ਨੂੰ ਅੱਗ ਲਾਣੀ ਏ ਸੁਣਿਆ ਇਥੋਂ ਦੌੜ ਜਾ ਮੈਂ ਤੈਨੂੰ ਦੱਸਦੀ ਆ ਅਸਤਾਦ ਤੇ ਚਾਚਾ ਢੋਲਕੀ ਵਾਲਾ ਬਾਹਰ ਗਏ ਆ ਮੈਨੂੰ ਅੰਦਰ ਉਹਨਾਂ ਦੀਆਂ ਬੱਚੀਆਂ ਬੈਠੀਆਂ ਉਹ ਬਾਹਰ ਮੈਨੂੰ ਬਾਹਰ ਮਾਰ ਰਿਹਾ ਚੌਕੀਦਾਰੇ ਤੇ ਉਹ ਬਾਹਰ ਗਏ ਨੇ ਉਸਤਾਨੀ ਵੀ ਤੇਰੀ ਬਾਹਰ ਹੀ ਗਈ ਤੈਨੂੰ ਪਤਾ ਨਹੀਂ ਬਾਹਰ ਕਿਸੇ ਨੇ ਫੜਾਇਆ
ਆਈ ਹੀ ਤੇ ਆਉਂਦਾ ਹੀ ਅੰਦਰ ਤੁਰ ਜਾ ਤੇ ਜਿਹੜਾ ਡਾਂਗਰਾ ਪੁੱਛੇ ਉਹਨੂੰ ਦੇ ਦੇਵੀ ਤੂੰ ਨਾਮ ਰੱਖ ਚੰਗਾ ਬੜਾ ਜੱਟ ਤੂੰ ਆਪਣੇ ਪੈਸੇ ਖਰਚ ਗਿਆ ਹੱਥ ਨਾਲ ਲਾ ਤੂੰ ਨਵੇਂ ਸ਼ੀਸ਼ੇ ਪਾ ਬੈਠੀ ਆ ਕੁੜੀ ਨਹੀਂ ਮੂੰਹ ਲਾਣ ਦੀ ਤੂੰ ਕਿਉਂ ਚਵਲਾ ਮਾਰ ਜਾਂਦੇ ਤੈਨੂੰ ਸਮਝ ਨਹੀਂ ਲੱਗਦੀ ਮੈਂ ਲਿਹਾਜ ਕਰਨ ਦਿਆਂ ਚੱਲ ਜੱਟ ਆਦਮੀ ਹੈ ਛਿੱਤਰ ਨਾ ਖਾ ਲਈ ਮੇਰੇ ਕੋਲ ਜੱਟ ਮੇਰਾ ਲੱਗਦਾ ਡੇਢ ਰੁਪਈਏ ਵਾਲੀ ਗੁੱਡੀ ਬੋ ਹੋ ਕੇ ਲੱਗੀ ਜੇ ਥੱਲੇ ਦਾ ਪਾਈ ਹੁੰਦੀ ਤੇ ਤੂੰ ਮੈਨੂੰ ਬੁਲਾਉਂਦਾ ਸੀ ਨਾ ਦੌੜ ਜਾਏ ਤੋ ਮੈਂ ਕਿਆ
ਤੇ ਮੈਨੂੰ ਚਵਲ ਜਿਹਾ ਉਤਰਾ ਕਰਤਾ ਤੂੰ ਪਾਗਲ ਤੇਰੇ ਹੁਸਨ ਨੇ ਹੈਂ ਤੇਰੇ ਮੇਰੀ ਗੱਲ ਸੁਣ ਹਾਂ ਤੈਨੂੰ ਮੈਂ ਸਮੇਂ ਕਿਹੋ ਜੀ ਲੱਗਣੀ ਆ ਤੂੰ ਮੈਨੂੰ ਬਹੁਤ ਡਰਾਕੇਦਾਰ ਲੱਗਦੀ ਡਰਾਕੇਦਾਰ ਕੀ ਮਤਲਬ ਹੈ ਤੇਰਾ ਪੰਜਾਬੀ ਚ ਮੇਰੀ ਗੱਲ ਸੁਣ ਮੇਰੇ ਅੱਜ ਜਾਨਾ ਹਾਂ ਓਏ ਮੇਰੇ ਸ਼ੇਰ ਜਵਾਨਾ ਬਤਾਉਂਦਾ ਮੇਰੇ ਅੱਜ ਸੋਹਣਿਆ ਆਨੰਦ ਲਾ ਤੂੰ ਮੇਰੀ ਗੱਲ ਮੇਰੀ ਗੱਲ ਸੁਣ ਤੂੰ ਸ਼ਾਦੀ ਦੇ ਬਾਰੇ ਕੀ ਸੋਚਿਆ ਹੈ ਮਾਂ ਤੇਰੇ ਨਾਲ ਹੀ ਕਰਦੀ ਮੇਰਾ ਕਮਲੀਆ ਮੇਰਾ ਵਿਆਹ ਕਰਾਈ ਨੀ ਖਾਵਣ ਦਾ ਪਿਆਰ ਨੀ ਮਿਲੇਗਾ ਪਿਓ ਦਾ ਪਿਆਰ ਨੀ ਮਿਲੇਗਾ ਜਵਾਨ ਮੁੰਡੇ ਨਾਲ ਵਿਆਹ ਕਰਾਏਗੀ ਤੇ ਉਹਦੀ ਸਾਲਗਿਰਾ ਤੇ ਤੈਨੂੰ ਤੋਹਫੇ ਦੇਣੇ ਪੈਣੇ ਆ ਕੀ ਖੁਸ਼ਬੂ ਦੇਤੀ 2000 ਦੀ ਇਹਦੀ ਅਤਰ ਲਾਇਆ 500-600 ਦੀ ਪੈਂਟ ਲੈਤੀ ਮੈਂ ਕੋ ਬੁੱਢੇ ਹੋਣਾ ਮੈਨੂੰ ਬੜੀ ਆ ਮੇਰੀ ਸਾਲਗਿਰਾ ਤੇ ਖੰਘ ਦਾ ਸੀਨ ਦੇਤਾ ਦੂਸਰੀ ਸਾਲਗਿਰਾ ਆਈ ਮੇਰੇ ਐਕਸਰੇ ਗਵਾ ਕੇ ਨਾਲ ਐਕਸਰੇ ਉਹਦੇ ਨਾਲ ਮੋਮਬੱਤੀਆਂ ਫੂਕਾਂ ਮਾਰੀਆਂ ਐਕਸਰੇ ਹੈਪੀ ਬਰਥਡੇ ਲੋਕੀ ਗੰਨੇ ਨਾਲੇ ਦੇ ਘਰ ਨੀ ਬਣਾ ਦਿੰਦੇ ਜਿਹੜਾ ਵੇਹ ਨੀ ਕਾਰੋਬਾਰੀ ਸ਼ਹਿਰ ਫਿਰਨ ਡਏ ਆ ਧਿਆਨ ਨਾਲ ਮੇਰੀ ਭੈਣ ਨਾਲ ਗੱਲ ਕਰੀ ਨਹੀਂ ਤੇ ਮੈਂ ਤੈਨੂੰ ਦੱਸੀ ਆਈ
ਠੀਕ ਹੈ ਚੱਲ 20,000 ਹੈ ਮੇਰੇ ਕੋਲ ਤੇ ਹੋਵੇ ਪਿਆ ਸਾਡੇ ਛਿੱਤਰ ਨੂੰ ਮੈਂ ਕੀ 20,000 ਸਮਝਣੀ ਆ ਚਲੋ ਅਗਲੀ ਵਾਰੀ ਵੱਧ ਰਮ ਰਕਮਾਂ ਲੈ ਆਵਾਂਗੇ ਔਰ ਰਮਕਾ ਆਪਣੇ ਕੋਲ ਰੱਖ ਇਹ ਨਿਕਲ ਜਾਏ ਜੁੱਤੀਆਂ ਰੱਖਾਈ ਆ ਮੈਨੂੰ ਬੱਚੀ ਦੇ ਹੀ ਜਾਂਦੀ ਹੈ ਵਾਹ ਮੈਂ ਬੜਾ ਸੋਹਣਾ ਵਾ ਆਹੋ ਤੂੰ ਮੇਰੇ ਤੇ ਰਹਿ ਗਿਆ ਆਹੋ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਤੇਰੀਆਂ ਭੈਣਾਂ ਨੇ ਤੇਰੀ ਸ਼ਰਤ ਲੱਗੀ ਆਹੋ 20,000 ਤੈਨੂੰ ਦੇ ਦੇ ਨਹੀਂ ਇੱਕ ਰੁਪਈਆ ਆਹ ਮੁੰਡਾ ਠੀਕ ਆ ਵੈਸੇ ਰੁਪਈਆ ਮੰਗਣ ਚਲੋ ਡੋਗਰ ਮਾਰ ਕੇ ਸੁਣ ਛੱਡੇਗਾ ਹੁਣ 20,000 ਤਾਂ ਮੈਂ ਨਹੀਂ ਨਾ ਛੱਡਦਾ ਪਹਿਲਾਂ ਰੁਪਈਆ ਮਿਹਰਬਾਨੀ ਭਾ ਖੁਰਾ ਰੁਪਈਆ ਬਰਾਬਰ ਹੋ ਗਿਆ ਇਹਨੂੰ ਕੌਣ ਕਹਿੰਦਾ ਪੇਂਡੂ ਇਹਦੇ ਬੜਾ ਖੋਚਲ ਹੈ ਅੰਦਰ ਕਿੱਥੇ ਚੱਲੇ ਆ ਮੈਂ ਇੱਧਰ ਚੱਲੇ ਆ ਖਬਰਦਾਰ ਇੱਧਰ ਬਾਹਰ ਨਿਕਲਿਆ ਨਾ ਕਿਸੇ ਕੁੜੀ ਨੂੰ ਬਾਹਰ ਜਾਣ ਦੀ ਮੈਨੂੰ ਉਸਤਾਦ ਆਰਡਰ ਲਾ ਕੇ ਗਏ ਆ ਵਾਹ ਉਹ ਵਾਹ ਕੀ ਭਾਅ ਵਾਹ ਇੱਕ ਰੁਪਈਆ ਦੇ ਕਮਲਿਆ ਰੁਪਈਆ ਮੰਗਦਾ ਰਹਿੰਦਾ ਬਾਹਰ ਇੱਥੇ ਅੱਛਾ ਰੁਪਈਆ ਮੰਗੀ ਤਾਂ ਨਹੀਂ ਰੁਪਈਆ ਕਮਾਈ ਦਾ ਉਹ ਕਿਸ ਤਰ੍ਹਾਂ ਕਮਾਉਣਾ ਸਿੱਖੋ ਰੁਪਈਆ ਸਬਜ਼ੀ ਵੇਚਿਆ ਕਰ ਕੰਮ ਉਹ ਕਰਾਂ ਜਿਹੜੀ ਰੋਜ਼ ਦੀ ਰੋਜ਼ ਸ਼ਾਇਦ ਵੇਖਦੇ ਅੱਛਾ ਆਟੇ ਵਾਲੇ ਕਿਉਂ ਅਮੀਰ ਆ ਬੰਦੇ ਰੋਜ਼ ਪੱਕਣਾ ਰੋਜ਼ ਲੱਗ ਜਾਣਾ ਅੱਛਾ ਸਬਜ਼ੀ ਵਾਲੇ ਕਿਉਂ ਅਮੀਰ ਆ ਰੋਜ਼ ਆਲੂ ਨੂੰ ਪਕੜੇ ਆ ਤਰ੍ਹਾਂ ਦੇ ਪੀਂਦੇ ਵੀ ਪਕੜੇ ਆ ਸਬਜ਼ੀ ਮੈਂ ਤੈਨੂੰ ਪਿੰਡੋਂ ਭੇਜ ਨਹੀਂ ਕਰਨੀ ਅੱਛਾ ਵੇਚ ਤੂੰ ਦਿਆ ਕਰ ਠੀਕ ਹੈ ਭਾ ਕਿਸ ਤਰ੍ਹਾਂ ਵੇਚੇਗਾ ਮੈਂ ਕਹਾਂਗਾ ਭਾ ਭਾ ਤੋਰੀਆਂ ਲੈ ਭਾ ਪਤਾਉਣ ਲੈ ਲੈ ਇਹ ਤਾਂ ਸਿੱਧੀ ਲੜਾਈ ਹੈ ਨਾ ਭਾ ਪਤਾਉਣ ਲੈ ਲੈ ਭਾ ਜੇ ਬਤਾਊ ਨਹੀਂ ਲੈਣਾ ਤੇ ਫਿਰ ਕੀ ਗੱਲ ਲੈ ਇਹ ਤਾਂ ਸਿੱਧੀ ਲੜਾਈ ਹੈ ਨਾ ਅਗਲਾ ਕਹੇ ਆਪਣੇ ਘਰਦੇ ਨੂੰ ਦੇ ਜਾ ਦੇ ਤੇ ਭਾ ਇਹੋ ਹੀ ਅਦਬ ਨਾਲ ਕਹਿਣਾ ਭਾ ਘੀਆ ਲੈ ਭਾ ਆਲੂ ਲੈ ਲੈਣਾ ਹੀ ਲੈ ਨਹੀਂ ਲੈਣਾ ਤੇ ਨਾ ਲੈ ਉਹ ਮੇਰੀ ਮੂੰਹ ਹੀ ਗੱਲ ਕਰੀ ਸੀ ਕੋਲ ਟੀਂਡਾ ਲੈ ਆਲੂ ਲੈ ਗੋਭੀ ਲੈ ਧਨੀਆ ਲੈ ਅਦਰਕ ਲੈ ਥੋਮ ਲੈ ਅੱਛਾ ਜੇ ਡਿੱਗ ਪਏ ਤੇ ਕਹਿੰਦਾ ਆ ਲੈ ਇਸ ਤਰ੍ਹਾਂ ਸੌਦਾ ਵੇਚੋ ਕਿ ਅਗਲੇ ਦਾ ਧਿਆਨ ਬੈਠ ਅੱਛਾ ਕਿਸ ਨਾਲ ਸਿੱਧਾ ਕਹਿੰਦਾ ਟਮਾਟਰ ਲੈ ਲਓ ਅੱਛਾ ਉਹਦੇ ਮਤਲਬ ਟਮਾਟਰ ਵੇਚ ਦਿੰਦੇ ਆ ਤੇ ਟਮਾਟਰ ਲਾਲਾ ਦੀ ਲਾਲ ਲਾਲ ਟਮਾਟਰ ਨਹੀਂ ਹੈ ਟਮਾਟਰ ਨਹੀਂ ਹੈ ਨਾ ਫਿਰ ਭਾ ਕਰੀ ਜਰ ਆ ਜੇ ਸੱਦੀ ਨਾ ਆ ਤੇ ਟਮਾਟਰ ਨਹੀਂ ਹੈ ਤੇ ਟਮਾਟਰ ਹੈ ਟਮਾਟਰ ਹੈ ਅਗਲਾ ਫਿਰ ਹਰੇ ਅਰਬੀ ਜੀ ਵੇਚਣ ਦਿਆ ਕੋਈ ਕੰਮ ਨੀ ਕਰ ਸਕਦਾ ਠੀਕ ਹੈ ਮੰਨ ਕੇ ਖਾਏਗਾ ਠੀਕ ਹੈ ਉੱਥੇ ਤੇਰੀ ਭੈਣ ਤੈਨੂੰ ਪਤਾ ਬਾਅਦ ਚ ਲੱਗਣਾ ਪਾਣੀ ਨੂੰ ਪਤਾ ਲੱਗ ਗਿਆ ਥੱਲੇ ਮੂੰਹ ਕਿਹੜਾ ਉਹਨੇ ਨਹੀਂ ਨਿਕਲਦਾ ਪਾਣੀ ਵੀ ਨਹੀਂ ਆ ਰਹਾ ਡਰ ਰਹੀ ਹੈ ਮੇਰਾ ਖਿਆਲ ਤੂੰ ਕਦੇ ਸੋਹਣਾ ਬੰਦਾ ਵੇਖਿਆ ਨਹੀਂ ਖਾਨ ਸਾਹਿਬ ਇਹ ਕੌਣ ਨੇ ਤੂੰ ਮੇਰੇ ਕੋਲ ਪੁੱਛ ਓਏ ਤੇ ਨਾਲੇ ਤੂੰ ਵੀ ਸੁਣ ਓਏ 81 ਸਾਲ ਦੇ ਫੋੜਿਆ ਇਹ ਗੁੱਸਾ ਕਿਉਂ ਕਰ ਗਿਆ ਮੈਂ ਸਾਲ ਕੋ ਘੱਟ ਦੱਸ ਦਿੱਤੇ ਆ ਮੈਂ ਮਾਸਟਰ ਹੋਰਾਂ ਦੀ ਧੀਆਂ ਤੇ ਮੇਰਾ ਨਾਮ ਬੱਬਲੀ ਏ ਅੱਛਾ ਬੱਬਲੀ ਮੈਂ ਕਿਹਾ ਤੁਸੀਂ ਖਾਨ ਸਾਹਿਬ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੁਸੀਂ ਐਡੀ ਸੋਹਣੀ ਹੀਰੋਇਨ ਬਣਨ ਵਾਲੀ ਕੁੜੀ ਦੇ ਪਿਓ ਹੋ ਤੁਸੀਂ ਵੀ ਮੈਨੂੰ ਨਹੀਂ ਦੱਸਿਆ ਕਿ ਤੁਹਾਡੀ ਧੀ ਦੀਆਂ ਕੀ ਕੀ ਵੈਰਾਈਟੀਆਂ ਨੇ ਹਾਂਜੀ ਇਹ ਤੇ ਗੱਲ ਹੋਈ ਹਾਂਜੀ ਮੈਂ ਹੀਰੋਇਨ ਦੀ ਗੱਲ ਕਰ ਰਿਹਾ ਅੱਛਾ ਮੇਰਾ ਮਤਲਬ ਹੈ ਕਿ ਇਹਨਾਂ ਦਾ ਕਿਤੇ ਵਿਆਹ ਸ਼ਿਆ ਕਰ ਦਿੱਤਾ ਤੁਸੀਂ ਨਾ ਕਰੋ ਸਰਕਾਰ ਜਨਾਬ ਨੇ ਫਿਲਮ ਦੇਣੀ ਹੈ ਅਸੀਂ ਮਿਊਜ਼ਿਕ ਦੇਣਾ ਅੱਲਾ ਨੇ ਸਾਡੀ ਸੁਣ ਲੈਣੀ ਜਿਹੜੇ ਪੈਸੇ ਆਉਣਗੇ
ਧੀਆਂ ਦੇ ਬੋਝ ਤੋਂ ਫਾਰਗ ਹੋ ਜਾਣਗੇ। ਤੁਸੀਂ ਫਿਕਰ ਨਾ ਕਰੋ ਖਾਨ ਸਾਹਿਬ, ਫਿਕਰ ਨਾ ਕਰੋ, ਜਿਹੋ ਜਿਹੀ ਤੁਹਾਡੀ ਧੀ ਉਹ ਜਿਹੀ ਉਹਦੀ ਧੀ ਆ। ਤੂੰ ਚੁੱਪ ਕਰਕੇ ਕਿਉਂ ਨਹੀਂ ਬਹਿੰਦਾ? ਮੈਂ ਚੁੱਪ ਕਰਕੇ ਬੈਠਾ, ਮੈਂ ਭੰਗੜੇ ਪਾਉਣ ਡਿਆ। ਖਾਨ ਸਾਹਿਬ, ਇਸ ਨੇਕ ਕੰਮ ਦੇ ਵਿੱਚ ਮੈਂ ਤੁਹਾਡਾ ਸਾਥ ਦਿਆਂਗਾ। ਠੀਕ ਹੈ, ਜਿਉਂਦੇ ਰਹੋ, ਤੁਹਾਡੀਆਂ ਜ਼ਿੰਦਗੀਆਂ ਸਵਾਰ ਦਿਆਂਗਾ। ਮਾਸ਼ਾ ਅੱਲਾਹ। ਅਸਾ ਖਾਨਾ ਸੋ ਦੋ ਘੰਟੇ ਤੋਂ ਅੰਦਰ ਬੰਦ ਕੀਤਾ, ਆਪਾਂ ਬਾਹਰ ਨਹੀਂ ਆਣਾ, ਬਾਹਰ ਨਹੀਂ ਆਣਾ। ਇਸ ਜ਼ਿੰਦਗੀ ਨੂੰ ਤਾਂ ਬਹੁਤ ਹੀ ਚੰਗੀ ਹੈ। ਆਪਾਂ ਮੈਂ ਮੌਤ ਚੰਗੀ ਆ, ਇਹ ਜ਼ਿੰਦਗੀ ਚੰਗੀ ਆ, ਉਧਰ ਹੀ ਰਹਿਣਾ। ਇਸ ਲਈ ਆਪਾਂ ਫੇਰ ਜੇ ਫੁੱਲ ਹਾਏ ਹਾਏ, ਆਪਾਂ ਕੀ ਗੱਲ ਹੈ ਸਾਨੂੰ ਅੰਦਰ ਇੱਕ ਘੰਟੇ ਤੋਂ ਕਿਉਂ ਤਾਰੇ ਆਏ ਆ? ਕੋਈ ਬੰਦਾ ਨਹੀਂ ਇਹ ਦੀ ਰੋਟੀ ਲੈ ਆਈ ਕੇ ਰੋਲੀ ਇੰਦ ਜੇ ਚੌਵੀ ਘੰਟੇ ਆਪ ਹੀ ਨਹਾਉਂਦਾ ਰਹਿੰਦਾ ਹੀ। ਨਾਮ ਦੀਜਿਆ ਰੱਬ ਦੇ ਤੇ ਸਵਾਮੀ ਸਾਹਿਬ ਨੇ ਗੋਲਡਨ ਜੋਬਲੀ ਗਾਇਕਰ ਬਹੁਤ ਵੱਡੇ ਤੇ ਚੌਧਰੀ ਸ਼ੇਰ ਸਾਹਿਬ ਨੇ ਕਰੋੜਪਤੀ ਪ੍ਰੋਡਿਊਸਰ, ਵਾਹ, ਇਹਨਾਂ ਨੇ ਵਾਅਦਾ ਕੀਤਾ ਕਿ ਸਾਨੂੰ ਫਿਲਮ ਦੀ ਮਿਊਜ਼ਿਕ ਦੇਣਗੇ ਤੇ ਸਾਡਿਆਂ ਬੱਚਿਆਂ ਦੀ ਜ਼ਿੰਦਗੀ ਬਣਾ ਦੇਣਗੇ। ਪਰ ਚਾਚਾ, ਇਹ ਤਾਂ ਸਫਾ ਵਾਲੇ ਚੌਕ ਸਫਾ ਭੇਜਦੇ ਨੇ, ਇਹਨਾਂ ਨੇ ਤੇਰੀਆਂ ਧੀਆਂ ਦਾ ਕੀ ਬੋਝ ਚੁੱਕਣਾ? ਬਸ ਕਰ ਦੇ ਪੁੱਤਰ, ਬਸ ਕਰ ਦੇ। ਆਪਣੇ ਵਾਜੇ ਦੀਆਂ ਸੱਤ ਸੁਰਾਂ ਚੋਂ ਚੱਲਿਆ ਜੇ ਮੈਨੂੰ ਪਤਾ ਹੁੰਦਾ ਇਹ 1 ਰੁਪਈਆ ਤੇਰੇ ਸਨੇਹ ਕੰਮ ਵਾਸਤੇ ਜੋੜਨੇ ਤੇ ਮੈਂ 20 ਰੁਪਏ ਰੋਜ਼ ਕਿਰਾਏ ਦੇ ਨਾਲ
ਤੈਨੂੰ 1 ਰੁਪਿਆ ਵੀ ਰੋਜ਼ ਦਿੰਦਾ ਐ ਲਾਲ ਐ ਮੇਰੇ ਵੱਲੋਂ ਮੇਰੀਆਂ ਭੈਣਾਂ ਦਾ ਜਿਹੜੇ ਸਲਾਹ ਦੀ ਯਾਦ ਮੇਰੀਆਂ ਭੈਣਾਂ ਦਾ ਜਿਹੜੇ ਸਲਾਹ ਦਰ ਕਫਾ ਮੂੰਹ ਚੁੱਕ ਕੇ ਪੈਸੇ ਮੰਗਣਾ ਨਹੀਂ ਪੈਸੇ ਮੰਗਾਣੇ ਸਨ ਇਸ ਬਗੈਰ ਮੁੰਡੇ ਨੂੰ ਕਰਨਾ ਸੀ ਬਸ ਅਰਬ ਕਹਿੰਦਾ ਤੁਸੀਂ ਕਿੰਨੇ ਜਾਣਕ ਹੁੰਦੇ ਹੋ ਸ਼ਹਿਰ ਦੇ ਮੈਨੂੰ ਆਦੀ ਦੱਸ ਰਹੀ ਤੂੰ ਕੁੜੀਆਂ ਦੇ ਜੇ ਰਾਸਤੇ ਇੱਥੇ ਠੱਗਣ ਹੁੰਦੀ ਫਿਰਦੀ ਔਰ ਨਾ ਮੁਰਾਦੇ ਆਪਣੀ ਸਾਰੀ ਭੋਏ ਵੇਚ ਛੱਡਦਾ ਤੇਰੀਆਂ ਕੁੜੀਆਂ ਦਾ ਜੇ ਹੀ ਬਣਾ ਦਿੰਦਾ ਚਲੋ ਤਾਂ ਦਿਲ ਵੱਡਾ ਕਰ ਇਧਰਾ ਉਸਤਾਦ ਮੈਨੂੰ ਕਿਹੜੇ ਗਾਉਣ ਸਿਖਾਉਂਦਾ ਰਿਹਾ ਭੈੜਿਆ ਔਰ ਨਾ ਮੁਰਾਦੋ ਮੈਨੂੰ ਤਾਂ ਇੱਕੋ ਹੀ ਗਾਉਣ ਯਾਦ ਥੇ ਮਾਈ ਮਾਣ ਤੇ ਮਾਈ ਕਾਬਾ ਤੇ ਮਾਈ ਬਖਸ਼ਿਸ਼ ਦੀ ਰਾਹ ਮੇਰੇ ਮਾਂ ਦੇ ਰੁਤਬਾ ਇਸ ਦਾ ਖਿਆਲ ਬੁਧਾਏ ਮਿਲਣ ਸਦਾਵਾ ਛੱਡਿਆ ਛਾਵਾ